ਲੁਧਿਆਣਾ ਦੇ ਰਹਿਣ ਵਾਲੇ 10 ਸਾਲ ਦੇ ਬੱਚੇ ਨੂੰ ਟ੍ਰੇਨ ਦੀ ਸਵਾਰੀ ਦਾ ਸ਼ੌਂਕ ਕਾਫੀ ਮਹਿੰਗਾ ਪੈ ਗਿਆ। ਦਰਅਸਲ ਬੱਚਾ ਸਭ ਤੋਂ ਪਹਿਲਾਂ ਘਰ ਤੋਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਿਆ। ਜਦੋਂ ਟ੍ਰੇਨ ਚੱਲੀ ਹੈ ਤਾਂ ਉਹ ਟ੍ਰੇਨ ਦੇ ਵਿੱਚ ਬੈਠਾ ਸੀ ਅਤੇ ਬੱਚੇ ਨੇ ਸੋਚਿਆ ਕਿ ਅਗਲੇ ਸਟੇਸ਼ਨ 'ਤੇ ਟ੍ਰੇਨ ਰੁਕ ਕੇ ਉਹ ਵਾਪਸ ਆ ਜਾਵੇਗਾ। ਅਤੇ ਇਹ ਸੁਪਰਫਾਸਟ ਰੇਲ ਗੱਡੀ ਹੋਣ ਕਾਰਨ ਇਸ ਦਾ ਅਗਲਾ ਸਟੋਪ ਸਰਹੰਦ ਜੰਕਸ਼ਨ ਸੀ, ਲਗਭਗ 70 ਕਿਲੋਮੀਟਰ ਦੂਰ। ਉੱਥੇ ਬੱਚਾ ਟ੍ਰੇਨ ਤੋਂ ਹੇਠਾਂ ਉਤਰਿਆ ਅਤੇ ਪਲੇਟਫਾਰਮ 'ਤੇ ਰੋਣ ਲੱਗ ਪਿਆ, ਜਿਸ ਤੋਂ ਬਾਅਦ ਥਾਣਾ ਸਰਹੰਦ ਪੁਲਿਸ ਨੇ ਬੱਚੇ ਨੂੰ ਹਿਰਾਸਤ ਦੇ ਵਿੱਚ ਲਿਆ। ਤਾਂ ASI ਬਲਵੀਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਲੁਧਿਆਣੇ ਕੰਟਰੋਲ ਰੂਮ ਨੂੰ ਸੂਚਨਾ ਦੇ ਕੇ ਬੱਚੇ ਦੀ ਫੋਟੋ ਭੇਜੀ ਅਤੇ ਉੱਥੋਂ ਇਹ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਬੱਚੇ ਦਾ ਪਰਿਵਾਰ ਲੁਧਿਆਣਾ ਪੁਲਿਸ ਦੇ ਰਾਹੀਂ ਉਹਨਾਂ ਦੇ ਸੰਪਰਕ ਦੇ ਵਿੱਚ ਆਇਆ ਅਤੇ ਬੱਚੇ ਨੂੰ ਸਰਹੰਦ ਰੇਲਵੇ ਸਟੇਸ਼ਨ 'ਤੇ ਉਸਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ। ਬੱਚੇ ਨੇ ਦੱਸਿਆ ਕਿ ਉਸਨੂੰ ਟ੍ਰੇਨ ਦੇ ਵਿੱਚ ਸਵਾਰ ਹੋਣ ਦਾ ਸ਼ੌਂਕ ਸੀ, ਉਹ ਰੇਲ ਗੱਡੀ ਦੇ ਵਿੱਚ ਬੈਠਣ ਦੇ ਲਈ ਸਟੇਸ਼ਨ ਪਹੁੰਚਿਆ ਸੀ। ਜਦੋਂ ਗੱਡੀ ਉੱਥੋਂ ਚੱਲ ਪਈ ਤਾਂ ਸਿੱਧੀ ਸਰਹੰਦ ਜਾ ਰੁਕੀ ਹੈ ਅਤੇ ਆਪਣੇ ਪਰਿਵਾਰ ਤੋਂ ਕਾਫੀ ਦੂਰ ਆ ਗਿਆ ਸੀ। ਉਸਨੂੰ ਨਹੀਂ ਪਤਾ ਸੀ ਕਿ ਹੁਣ ਕੀ ਕਰਨਾ, ਇਸ ਕਰਕੇ ਉਹ ਪਲੇਟਫਾਰਮ 'ਤੇ ਹੀ ਰੋਣ ਲੱਗ ਪਿਆ ਅਤੇ ਪੁਲਿਸ ਨੇ ਉਸਨੂੰ ਹੁਣ ਪਰਿਵਾਰ ਦੇ ਨਾਮ ਮਿਲਾਇਆ। ਵਾਸੀ ਇਸਲਾਮਗੜ੍ਹ ਤੋਂ ਦੇਣਾ, ਇਹਦੇ ਬਾਰੇ ਸਾਨੂੰ ਇਤਲਾਹ ਮਿਲੀ ਸੀ ਵੀ ਆਪਣਾ ਰੇਲਵੇ ਸਟੇਸ਼ਨ ਤੋਂ ਇਹਨੂੰ ਤੁਰਿਆ ਆਉਂਦਾ। ਅਸੀਂ ਜਦੋਂ ਉੱਥੇ ਪਹੁੰਚੇ ਤਾਂ ਇਹ ਬੱਚਾ ਰੋ ਰਿਹਾ ਸੀ, ਜਿਹਨੂੰ ਅਸੀਂ ਥਾਣੇ ਲੈ ਕੇ ਆਉਂਦਾ, ਇਹਦਾ ਪੁੱਛਗਿੱਛ ਕਰੀ। ਪੁੱਛਗਿੱਛ ਕਰਕੇ ਜਿਹੜਾ ਇਹਨਾਂ ਤੋਂ ਦੇਣੇ ਆ ਆਪਣਾ ਕੰਟਰੋਲ ਰੂਮ ਤੋਂ ਨੰਬਰ ਲੈ ਕੇ ਇਹਨਾਂ ਦੀ ਵਟਸਐਪ 'ਤੇ ਇਹਦਾ ਹੋਡੀਆ ਵਗੈਰਾ ਸਾਰਾ ਕੁਛ ਫੋਟੋ ਪਾਈ ਅਤੇ ਉਹਨਾਂ ਦੇ ਪਤਾ ਲੱਗਣ 'ਤੇ ਇਹਦੇ ਵਾਰਸ ਸਾਡੇ ਕੋਲ ਆ ਗਏ ਆ। ਇਹਦੇ ਵਾਰਸ ਉਹਨਾਂ ਨੂੰ ਬਬਲੂ ਇਹਦੇ ਚਾਚਾ ਅਤੇ ਇਹਦੇ ਮਾਮੇ ਦਾ ਦੀਪ ਦੇ ਹਵਾਲੇ ਕਰ ਰਹੇ ਆ ਸ਼ਿਵਮ ਨੂੰ। ਕਿੰਨੇ ਸਾਲ ਦਾ ਬੱਚਾ, ਕਿਹੜੀ ਕਲਾਸ? ਬੱਚਾ ਹੈਗਾ 10-11 ਸਾਲ ਦਾ, 3 ਜਮਾਤ 'ਚ ਪੜ੍ਹਦਾ, ਮਲਟੀਪਰਪਜ਼ ਸਕੂਲ ਲੁਧਿਆਣਾ। ਕੀ ਕਾਰਨ ਰਿਹਾ ਘਰ ਦਾ ਮੁੱਢਲੀ ਪੜਤਾਲ 'ਚ ਆਇਆ ਸਾਹਮਣੇ, ਉਹ ਕਿਉਂ ਭੱਜਿਆ ਸੀ ਘਰ? ਇਹ ਤਾਂ ਬਸ ਆਪਣੀ ਜਿਹੜੀ ਟ੍ਰੇਨ ਦੀ ਝਾਂਡੀ ਬਣਾਉਣ ਵਾਸਤੇ ਵੀ ਮੈਂ ਅਸੀਂ ਟ੍ਰੇਨ 'ਤੇ ਸਫ਼ਰ ਕਰਾਂ, ਇਸ ਤਰ੍ਹਾਂ ਉਤਰ ਗਿਆ ਸੀ ਅਤੇ ਉਹਨੂੰ ਅਸੀਂ ਇਹਨਾਂ ਵਾਰਸ ਹਵਾਲੇ ਕਰ ਰਹੇ।